ਇੱਥੇ ਬਾਬਾ ਜੱਸਾ ਸਿੰਘ ਆਲੀਓ ਵਾਲੀ ਵਾਲੀ ਨੇ 300 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਟਿਕਾਣਾ ਸਾਹਿਬ ਦੇ ਮਹਾਂਪੁਰਖ ਸ਼੍ਰੀ ਮਾਨਿਕ ਸਵਾਟ ਮਹੰਤ ਬਾਬਾ ਹਰਬੰਸ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਅਤੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਅੱਜ ਅਵਤਾਰ ਪੁਰਬ ਹੈ ਅਤੇ ਸਾਰੀਆਂ ਸੰਗਤਾਂ ਨੂੰ ਟਿਕਾਣਾ ਸਾਹਿਬ ਵੱਲੋਂ ਟਿਕਾਣਾ ਸਾਹਿਬ ਦੇ ਮਹਾਂਪੁਰਖ ਸ਼੍ਰੀ ਮਾਨਿਕ ਸਵਾਟ ਮਹੰਤ ਬਾਬਾ ਹਰਬੰਸ ਸਿੰਘ ਵੱਲੋਂ ਬਹੁਤ ਬਹੁਤ ਵਧਾਈਆਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਮੁੱਖ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਨੂੰ ਸਦਾ ਹੀ ਚੜ੍ਹਦੀਆਂ ਕਲਾ ਵਿੱਚ ਜੋ ਕਿ ਅੱਜ ਇਹ ਫਤਿਹ ਦਿਵਸ ਨੂੰ ਕਿਸ ਤਰ੍ਹਾਂ ਅੱਜ ਫਤਿਹ ਦਿਵਸ ਸਿੰਘ ਸਾਹਿਬ ਭਾਈ ਜੱਸਾ ਸਿੰਘ ਆਹਲੂਵਾਲੀਆ ਨੇ ਜਦੋਂ ਫਤਿਹ ਕੀਤੀ ਸੀ ਉਦੋਂ ਸਤਿਗੁਰੂ ਮਹਾਰਾਜ ਜੀ ਨੇ ਅੱਜ ਦਾ ਦਿਨ ਜੋ ਸਿੰਘ ਸਾਹਿਬ ਗਿਆਨ ਰਣਜੀਤ ਸਿੰਘ ਜੀ ਹੋਰ ਸਿੰਘ ਸਾਹਿਬ ਅਤੇ ਨਾਲ ਸਾਹ ਜਿੰਦਰਪਾਲ ਸਿੰਘ ਭਰੋਥੀ ਜੋ ਟਿਕਾਣਾ ਸਾਹਿਬ ਦੇ ਅੱਧ ਪਿਆਰੇ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਚੜ੍ਹਦੀਆਂ ਕਲਾ ਬਖਸ਼ਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।